ਤੇ ਉਧਰ ਕੈਨੇਡਾ ਦੀ ਇੱਕ ਮਾਈਨਿੰਗ ਫਰਮ ਨੂੰ ਆਸਟ੍ਰੇਲੀਆ ਦੀ ਇੱਕ ਖਾਨ ਵਿੱਚ ਖੁਦਾਈ ਦੌਰਾਨ 108 ਕਰੋੜ ਰੁਪਏ ਦੇ ਕੀਮਤੀ ਪੱਥਰ ਦਾ ਸੋਨਾ ਮਿਲਿਆ। ਇਸ ਦੇਸ਼ ਵਿੱਚ ਛਿਪੇ ਹੋਏ ਸੋਨੇ ਦੇ ਭੰਡਾਰ ਵਿੱਚ ਇਹ ਸ਼ਾਇਦ ਮਿਲਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਭੰਡਾਰ ਹੈ। ਪੱਛਮੀ ਆਸਟ੍ਰੇਲੀਆ ਵਿੱਚ ਇੱਕ ਜ਼ਿਲ੍ਹੇ ਵਿੱਚ ਟੋਰਾਂਟੋ ਦੀ ਇੱਕ ਫਰਮ ਨੂੰ ਖੁਦਾਈ ਦੌਰਾਨ ਸੋਨੇ ਦੇ ਦੋ ਵੱਡੇ ਪੱਥਰ ਮਿਲੇ ਨੇ। ਮੀਡੀਆ ਰਿਪੋਰਟਸ ਮੁਤਾਬਕ ਜ਼ਮੀਨ ਤੋਂ 500 ਮੀਟਰ ਅੰਦਰ ਦੀ ਖੁਦਾਈ ਦੌਰਾਨ ਮਜ਼ਦੂਰਾਂ ਨੇ 190 ਕਿਲੋਗ੍ਰਾਮ ਦਾ ਇੱਕ ਭਾਰੀ ਪੱਥਰ ਦੇਖਿਆ। ਪੱਥਰ ਵਿੱਚ ਮੁੱਖ ਰੂਪ ਵਿੱਚ ਦੋ ਹਿੱਸੇ ਮਿਲੇ। ਸਭ ਤੋਂ ਪਹਿਲਾਂ 95 ਕਿਲੋ ਦਾ ਪੱਥਰ ਵੱਖ ਕੀਤਾ ਗਿਆ, ਜਿਸ ਵਿੱਚ ਲਗਭਗ 69 ਕਿਲੋਗ੍ਰਾਮ ਸੋਨੇ ਦੇ ਤੱਤ ਮੌਜੂਦ ਸਨ, ਜਿਸ ਦੀ ਅਨੁਮਾਨਿਤ ਕੀਮਤ 236 ਲੱਖ ਦੱਸੀ ਜਾ ਰਹੀ ਹੈ। ਅਤੇ ਦੂਜੇ 63 ਕਿਲੋਗ੍ਰਾਮ ਦੇ ਪੱਥਰ ਵਿੱਚ 45.9 ਕਿਲੋਗ੍ਰਾਮ ਸੋਨਾ ਹੈ, ਜਿਸ ਦੀ ਕੀਮਤ 197 ਲੱਖ ਹੈ। ਪਰਥ ਤੋਂ ਲਗਭਗ 600 ਕਿਲੋਮੀਟਰ ਦੀ ਦੂਰੀ 'ਤੇ ਬੇਟਾ ਹੰਟ ਮਾਈਨ ਮੁਹਿੰਮ ਤਹਿਤ ਇਸ ਸੋਨੇ ਦਾ ਖਜ਼ਾਨਾ ਹੱਥ ਲੱਗਾ। ਮਾਈਨਿੰਗ ਕਰਨ ਵਾਲੀ ਫਰਮ RNC ਮਿਨਰਲਸ ਨੇ CEO ਮਾਰਕ ਸੈਲਬੇ ਨੇ ਆਖਿਆ ਕਿ ਇਹ ਹੁਣ ਤੱਕ ਦੀ ਸ਼ਾਇਦ ਸਭ ਤੋਂ ਵੱਡੀ ਸੋਨੇ ਦੀ ਖੁਦਾਈ ਹੈ। ਅਤੇ ਖੁਦਾਈ ਤੋਂ ਕੱਢੇ ਗਏ ਸੋਨੇ ਨੂੰ ਤੁਰੰਤ ਪਰਥ ਸਥਿਤ ਲੈਬ ਵਿੱਚ ਭੇਜਿਆ ਗਿਆ ਤਾਂ ਕਿ ਵਿਗਿਆਨਿਕ ਪ੍ਰਕਿਰਿਆਵਾਂ ਤੋਂ ਲੰਘਣ ਮਗਰੋਂ ਉਸ ਨੂੰ ਵੇਚਣ ਲਈ ਤਿਆਰ ਕਰ ਸਕਣ।